ਹਾਲੇ ਤੱਕ ਆਪਾਂ ਝੋਨਾ ਵੱਢਿਆ ਨਹੀਂ ਪਰੰਤੂ ਪਹਿਲਾਂ ਹੀ ਆਪਣੇ ਕਿਸਾਨ ਵੀਰਾਂ ਨਾਲ ਕਣਕ ਬੀਜਣੇ ਬਾਰੇ ਸੋਚਣ ਲੱਗ ਗਏ ਕਿਹੜਾ ਬੀਜ ਲੱਗੇ ਖਾਸ ਕਰਕੇ ਜਿਹੜੇ ਅਗਾਹ ਬਾਦੂ ਕਿਸਾਨ ਵੀਰਾਂ ਉਹ ਕਹਿੰਦੇ ਅਸੀਂ ਤਾਂ PBW826 ਹੀ ਲੈਣਾ ਯੂਨੀਵਰਸਿਟੀ ਤੋਂ ਜਿੰਨਾ ਮੇ ਲੱਗਿਆ ਮਿਲ ਗਿਆ ਬਾਕੀ ਬਾਹਰੋਂ ਵੀ ਕਿੰਨਾ ਮਰਜੀ ਮਹਿੰਗਾ ਮਿਲੇ ਯਾਰ ਲਾਉਣੀ ਅਸੀਂ PBW826 ਹੀ ਆ ਹੁਣ ਜਿੰਨੀਆਂ ਵੀ ਯੂਨੀਵਰਸਟੀਆਂ ਸਾਰੀਆਂ ਕਹਿ ਰਹੀਆਂ ਬੀਪੀਬੀਡਬਲਯੂ 826 ਦਾ ਝਾੜ ਬਹੁਤ ਜ਼ਿਆਦਾ ਆ ਐਵਰੇਜ ਝਾੜ ਤਾਂ ਹੈਗਾ 24 ਕਮੰਟ ਲਈ ਪਰੰਤੂ ਜਿਹੜੀਆਂ ਆਪਾਂ ਐਡਬੀਡਬਲਯੂ 187 ਲਾਉਣੀ ਆ 222 ਲਾਉਣੀ ਆ ਐਚਡੀ 30 ਚਾਸੀ ਲਾਉਣੀ ਆ ਇੰਨਾ ਸਾਰੀਆਂ ਕਿਸਮਾਂ ਨਾਲੋਂ ਸਾਡੀ ਵੈਰੈਟੀ ਦਾ ਝਾੜ ਜ਼ਾਤੇ ਆ ਪਰ ਤੂੰ ਇਹ ਗੱਲਾਂ ਆਪਣੇ ਕਿਸਾਨ ਵੀਰ ਨਹੀਂ ਸਮਝਦੇ ਆਪਣੇ ਕਿਸਾਨ ਵੀਰ ਪਿਛਲੀ ਵਾਰ ਡੀਬੀਡਬਲਯੂ 303 ਦਾ ਬੀਜ ਦੇ ਵਿੱਚ ਵੀ ਠੱਗੇ ਗਏ ਆ ਯੂਨੀਵਰਸਿਟੀ ਤਾਂ ਉਹਦਾ ਵੀ ਕਹਿੰਦੀ ਸੀ 75 ਤੋਂ 80 ਮਣ ਝਾੜਾ 30 32 ਕੁੰਟ ਤੱਕਲੇ ਦਾ ਝੜੂਗੀ ਐਵਰੇਜ ਝਾੜਾ ਇਹਨਾਂ ਦਾ ਦਸੋ ਕੀਤੇ ਚੜੀ ਆ ਕੋਈ ਵੀ ਇੱਕ ਕਿਸਾਨ ਮੈਨੂੰ ਕਮੈਂਟ ਕਰਦੇ ਵੀ ਮੇਰੇ 80 ਮਣ ਕਿਲੇ ਦੀ ਇਹ ਹੋਈ ਆ ਹਾਂ ਜਿੰਨਾ ਕਿ ਦੂਜੀਆਂ ਵੈਰਾਈਟੀਆਂ ਛਾੜਤੀ ਜਿਵੇਂ ਐਚਡੀ 30 ਛਸਿਆ ਛਾੜਤੀ ਉਹਨਾਂ ਕਚ ਡੀਬੀ ਡਬਲ 303 ਦਾ ਵੀ ਆਇਆ ਉਸੇ ਤਰ੍ਹਾਂ ਹੀ ਆ 826 ਵੀ ਹੋ ਸਕਦੀ ਆ ਆਪਾਂ ਨੂੰ ਯੂਨੀਵਰਸਿਟੀ ਹੀ ਕਹਿ ਰਹੀ ਆ ਨਾ ਕਿ ਜਿਹੜੀ ਪੀਬੀਡਬਲ 826 ਆ ਇਹਨਾਂ ਦਾ ਦੂਜੀਆਂ ਸਾਰੀਆਂ ਵੈਰਾਈਟਾਂ ਨਾਲ ਛਾੜ ਜਿਆਦੇ ਆ ਇੰਨੇ ਪਰਸੈਂਟ ਛਾੜ ਜਿਆਦੇ ਆ ਪਰੰਤੂ ਜਿਆਦੇ ਹੈਗਾ ਕਿ ਨਹੀਂ ਉਹ ਆਪਣੇ ਖੇਤਾਂ ਦੇ ਉਤਾਰੇ ਕੇ ਪਤਾ ਲੱਗੂਗਾ ਜਦੋਂ ਕਿਸਾਨ ਵੀਰ ਨੇ ਲਾਈ ਨਾ ਲਾਇਆ ਟ੍ਰਾਇਲ ਵੀਹਾ ਅਕਤੂਬੀ 30 ਅਸੀਂ ਇਹ ਬਰਾਬਰ ਜਾਂਦੀ ਹੈ ਕਿ ਵੱਧ ਜਾਂਦੀ ਹੈ ਡੀਬੀਡਬਲਯੂ 87 ਵਰਗੀ ਹੈਗੀ ਆ ਕਿ ਨਹੀਂ ਕਿ ਚੰਗੀ ਆ ਉਦੋਂ ਪਤਾ ਲੱਗੂਗਾ ਯੂਨੀਵਰਸਟੀਆਂ ਤਾਂ ਆਪਣੇ ਬੀਜ ਨੂੰ ਸਲਾਉਣੀਆਂ ਹੀ ਹੁਣ ਜਿਹੜੀ ਪੀਪੀਡਬਲਯੂ 826 ਵੈਰੈਟੀ ਆ ਰਿਪੋਰਟ ਇਹਦੀ ਚੰਗੀ ਆ ਰਹੀ ਆ ਪਰੰਤੂ ਮੇਰੇ ਕੋਲ ਕਈ ਕਿਸਾਨ ਵੀਰ ਇਹੋ ਜਿਹੇ ਆ ਜਿਹੜੇ ਕਹਿ ਰਹੇ ਆ ਕਿ ਯਾਰ ਜਮੀਂ ਝਾੜਨ ਦਿੱਤਾ ਪੀਪੀਡਬਲਯੂ 826 ਨੇ ਸਾਡੇ ਤਾਂ ਇਹ 35 36 ਮੰਨ ਦੇ ਵਿਚਕਾਰ ਹੀ ਰਹਿ ਗਈ ਤੇ ਕੁਝ ਕਿਸਾਨ ਵੀ ਰੇ ਹੋ ਰਿਹਾ ਜਿਹੜੇ ਕਹਿ ਰਹੇ ਆ ਬੰਪਰ ਝਾੜ ਆ ਬਈ 60 ਮਣ ਕਿਲੇ ਦੀ ਹੋਈ ਆ ਬਹੁਤ ਜਿਆਦਾ ਝਾੜ ਆ ਜੇ ਤਾਂ ਦੋਸਤੋ ਆਪਾਂ ਕੀ ਕਰਨਾ ਆਪਾਂ ਯੂਨੀਵਰਸਿਟੀ ਤੋਂ ਬੀਜ ਲੈਣਾਗਾ ਜੇਕਰ ਤੁਹਾਡਾ ਕੋਈ ਯਾਰ ਮਿੱਤਰ ਆ ਜਾਂ ਭਰੋਸੇ ਨੂੰ ਭਰੋਸਾ ਹੈਗਾ ਯਾਰ ਉਹਦੇ ਕੋਲ ਬੀਮਣ ਕੋਲ ਮੈਨੂੰ ਜਮਾ ਸਹੀ ਮਿਲੂਗਾ ਜਾਂ ਉਹਦੇ ਤੋਂ ਵੀ ਲੈਣਾ ਬੀ ਲੈਣਾ ਕਿੰਨਾ 40 ਕਿਲੋ بس ਇੱਕ ਕਿੱਲੇ ਦਾ ਕਿਉਂਕਿ ਇੱਕ ਵੈਰਾਈਟੀ ਸਾਰੇ ਏਰੀਆ ਚ ਕੰਮ ਜਵੜੀ ਹੁੰਦੀ ਤੇ ਕਈ ਵਾਰ ਨਾ ਆਪਾਂ ਕੀ ਸੋਚਦੇ ਆ ਯਾਰ ਵੈਰਾਈਟੀ ਵਾਲੀ ਵਧੀਆ ਇੱਕ ਤਾਂ ਮਹਿੰਗੇ ਪਾਦੇ ਬੀਜ ਲੈ ਲੈਂਦੇ ਆ ਉੱਪਰੋਂ ਅੱਧਾ ਖੇਤ ਲਾਉਣੇ ਆ ਮੰਨ ਕੇ ਚਲੋ ਮੇਰੇ ਕੋਲ 10 ਕਿੱਤਾ ਤਾਂ 5 ਕਿੱਲੇ ਯਾਰ ਆਪਾਂ ਇਹ ਵੈਰਾਈਟੀ ਲਾਵਾਂਗੇ ਤੇ ਮੰਜੀ ਫਿਰ ਟਕਾ ਕੇ ਠੁਕਦੀ ਆ ਇਸ ਲਈ ਦੋਸਤੋ ਆਪਾਂ ਸਿਰਫ ਇੱਕ ਕਿੱਲੇ ਹੀ ਲਾਉਣਾਗਾ ਪੀਬੀਡਬਲਯੂ 826 ਦਾ ਜੇਕਰ ਵੈਰਾਈਟੀ ਚੰਗੀ ਹੋਗੀ ਅਗਲੇ ਸਾਲ ਆਪਾਂ ਸਾਰਾ ਖੇਤ ਲਾ ਲਾਂਗੇ ਯਾਰ ਇੱਕ ਇਹ ਹੁਣ ਇੱਕ ਕਿੱਲੇ ਨਾਲ ਨਾ ਤਾਂ ਆਪਣ ਨੂੰ ਘਾਟਾ ਪੈਣ ਵਾਲਾ ਨਾ ਕੋਈ ਆਪਣਾ ਬਾਲਾ ਵਾਧਾ ਹੋਣ ਵਾਲਾ ਇੱਕ ਕਿੱਲੇ ਨਾਲ ਆਪ ਨੂੰ ਕੀ ਪਤਾ ਲੱਗ ਜੂਗਾ ਪਤਾ ਲੱਗ ਜੂਗਾ ਕਿ ਵੈਰੈਟੀ ਦੇ ਵਿੱਚ ਵਾਕੇ ਦਾਮ ਹੈਗਾ ਕਿ ਨਹੀਂ ਯੂਨੀਵਰਸਿਟੀ ਹਵਾਜੀ ਗੱਲ ਕਰਦੀ ਹੈ ਕਿਉਂਕਿ ਹੁਣ ਆਪ ਨੂੰ ਸਾਬਿਤ ਹੋ ਚੁੱਕਿਆ ਆ ਆ ਡੀਬੀਡਬਲਯੂ 303 ਸਾਬਿਤ ਕਰਤਾ ਯੂਨੀਵਰਸਿਟੀ ਵਾਕਈ ਹਵਾਜੇ ਗੱਲ ਕਰਦੀ ਹੈ ਇਸ ਲਈ ਦੋਸਤੋ ਆਪਾਂ ਆਪਣੇ ਖੁਦ ਦੇ ਟ੍ਰਾਇਲ ਲਾਓ ਮਹਿੰਗੇ ਪਾਦਾ ਬੀਜ ਨਾ ਲਓ ਸਿਰਫ ਇੱਕ ਕਿੱਲੇ ਦਾ ਬੀਜ ਹੀ ਲਓ ਬਾਕੀ ਸੋਸ਼ਲ ਮੀਡੀਆ ਤੇ ਆ ਮੇਰੇ ਵਰਗੇ ਯੂਟਿਊਬਰ ਬਹੁਤ ਕਹਿ ਰਹੇ ਆ ਕਿਉਂਕਿ ਉਹ ਯੂਨੀਵਰਸਿਟੀ ਦੇ ਚਮਚੇ ਆ ਉਹਨਾਂ ਨੇ ਕੋਈ ਪੀਜੂ ਦਾ ਚੌਂਚਾ ਕੋਈ ਕਿਸੇ ਦਾ ਚੌਂਚਾ ਉਹਨਾਂ ਨੇ ਕਹਿਣੀ ਆ ਵੀ ਵੈਰਾਈਟੀ ਵਧੀਆ ਦੱਬ ਦਿਓ ਕਿੱਲੀ ਲਾ ਦਿਓ ਸਾਰਾ ਫੇਰ ਕੀ ਆ ਜੇ 50 ਰੁਪਏ ਕਿਲੋ ਮਿਲਦਾ ਆਪਣੀ ਜਣੀ 20 ਰੁਪਏ ਕਿਲੋ ਮੈਂ ਹੁਣ ਇਸ ਵੈਰਾਈਟੀ ਨੂੰ ਮਾਰੀ ਨਹੀਂ ਕਹਿ ਰਿਹਾ ਮੈਂ ਸਿਰਫ ਇਹੀ ਕਹਿ ਰਿਹਾ ਕਿ ਆਪਾਂ ਸਿਰਫ ਇੱਕ ਕਿੱਲਾ ਲਾਉਣਾ ਜੇ ਤੁਹਾਨੂੰ ਚੰਗੀ ਲੱਗਦੀ ਆ ਜੇਕਰ ਵੈਰਾਈਟੀ ਵਧੀਆ ਹੋਈ ਤਾਂ ਆਪਾਂ ਕੋਲ ਘਰ ਦਾ ਬੀਜ ਹੋਊਗਾ ਕਿੰਨਾ ਮਰਜੀ ਬੀਜ ਲਓ ਯਾਰ ਆਪਾਂ ਨੂੰ ਕਿਹੜਾ ਘਾਟਾ ਪੈਣ ਵਾਲਾ ਪਰੰਤੂ ਜੇ ਕਿਤੇ ਬੀਜ ਮਾੜਾ ਨਿਕਲ ਗਿਆ ਤਾਂ ਰਗਵਾ ਵੀ ਆਪਾਂ ਵਧਾਤਾ ਤਾਂ ਫਿਰ ਘਾਟਾ ਆਪ ਨੂੰ ਹੀ ਪੈਣਾ ਯੂਨੀ ਪਹਿਲੀ ਥੋੜਾ ਜਿਹਾ ਸੋਚ ਸਮਝ ਕੇ ਚੱਲੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ